ਕਹਿੰਦੇ ਮੈਂ ਗੱਲ ਕੀਤੀ, ਕਹਿੰਦੇ ਸਾਡੇ ਕੋਲ ਕੋਈ ਪੈਸਾ ਨਹੀਂ, ਸਾਨੂੰ ਕੋਈ ਕੋਈ ਡਾਇਰੈਕਸ਼ਨ ਨਹੀਂ। ਮੈਂ ਮੁੱਖ ਮੰਤਰੀ ਨੂੰ ਯਕੀਨ ਕਰਦਾ, ਤੁਹਾਡਾ ਕੰਮ ਮੁੱਖ ਮੰਤਰੀ ਬਣ ਕੇ ਚੰਡੀਗੜ੍ਹ ਬਹਿਣਾ ਨਹੀਂ, ਤੁਹਾਡਾ ਕੰਮ ਹੈ ਕਿ ਜੇ ਕੋਈ ਪੰਜਾਬ ਦੇ ਕਿਸੇ ਵੀ ਜਗ੍ਹਾ 'ਚ ਕੋਈ ਤਕਲੀਫ ਹੋਏ ਸਭ ਤੋਂ ਪਹਿਲੇ ਮੁੱਖ ਮੰਤਰੀ ਨੂੰ ਜਾਣਾ ਚਾਹੀਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜਦੋਂ ਹੁੰਦੇ ਸੀ, ਜਦੋਂ ਮੀਂਹ ਪੈਂਦਾ ਸੀ ਜਾਂ ਕੋਈ ਵੀ ਆਫਤ ਆਉਂਦੀ ਸੀ, ਸਭ ਤੋਂ ਪਹਿਲੇ ਉਹ ਆਪ ਪਹੁੰਚਦੇ ਸੀ, ਸਾਰਾ ਉਹਨਾਂ ਦਾ ਮੰਤਰੀ ਮੰਡਲ ਉੱਥੇ ਹੁੰਦਾ ਸੀ, ਸਾਰੇ ਅਫਸਰ DC ਕਮਿਸ਼ਨਰ ਡਿਊਟੀ ਲਾਈ ਜਾਂਦੀ ਸੀ, ਨਾਲ ਦੇ ਨਾਲ ਪੰਜਾਬ ਦੇ ਖਜ਼ਾਨੇ ਤੋਂ ਪੈਸਾ ਭੇਜਿਆ ਜਾਂਦਾ ਸੀ ਅਤੇ ਦੁੱਖ ਦਰਦ ਦੂਰ ਕੀਤਾ ਜਾਂਦਾ ਸੀ। ਮੇਰੇ ਕੋਲ ਬਹੁਤ ਗਰੀਬ ਮਿਲੇ, ਕਹਿੰਦੇ ਸਾਡੇ ਕੋਲ ਹੁਣ ਦਿਹਾੜੀ ਕਰਨ ਨੂੰ ਜਗ੍ਹਾ ਨਹੀਂ ਹੈ ਕਿਉਂਕਿ ਫਸਲਾਂ ਤਬਾਹ ਹੋ ਗਈਆਂ। ਕਈ ਗਰੀਬ ਨਰਮੇ ਦੇ ਸਿਰ 'ਤੇ ਆਪਣੀ ਜ਼ਿੰਦਗੀ ਪਾਲਦੇ ਸੀ, ਉਹ ਮੈਨੂੰ ਮਿਲੇ, ਕਹਿਣ ਲੱਗੇ ਕਿ ਹੁਣ ਅਸੀਂ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਾਂਗੇ, ਕਿ ਨਾ ਆਟਾ ਦਾਲ ਮਿਲ ਰਿਹਾ, ਨਾ ਸ਼ਗਨ ਮਿਲ ਰਿਹਾ। ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ, ਆਪਣੀ ਜ਼ਿੰਮੇਵਾਰੀ ਸੰਭਾਲੋ। ਮੈਂ ਫਿਰ ਵੀ ਆਪਣੇ ਵਰਕਰਾਂ ਨੂੰ ਡਿਊਟੀ ਲਾਈ ਹੈ ਕਿ ਸਾਨੂੰ, ਮੈਨੂੰ ਕੋਈ ਉਮੀਦ ਨਹੀਂ ਹੈ ਪੰਜਾਬ ਸਰਕਾਰ ਤੋਂ, ਜਾਇਜ਼ ਆ ਭਗਵੰਤ ਮਾਨ ਮੁੱਖ ਮੰਤਰੀ ਹੈ, ਜਾਇਜ਼ ਆ ਨਖਿੱਧ ਨਿਕੰਮਾ ਨਲਾਇਕ ਮੁੱਖ ਮੰਤਰੀ ਹੈ, ਜਾਇਜ਼ ਹੀ ਉਹਨਾਂ ਦੀ ਟੀਮ ਹੈ, ਮੈਨੂੰ ਤਾਂ ਕੋਈ ਉਮੀਦ ਨਹੀਂ ਹੈ। ਇਸ ਕਰਕੇ ਮੈਂ ਆਪਣੇ ਸਾਰੇ ਵਰਕਰਾਂ ਨੂੰ ਕਿਹਾ ਕਿ ਅਸੀਂ ਆਪਾਂ ਆਪ ਮਦਦ ਕਰੀਏ ਪੰਜਾਬ ਦੀ ਜਨਤਾ ਦੀ। ਸੋ ਜਿੱਥੇ ਜਿੱਥੇ ਪੰਪਾਂ ਦੀ ਲੋੜ ਹੈ, ਜਿੱਥੇ ਇੱਥੇ ਪਾਈਪਾਂ ਦੀ ਲੋੜ ਹੈ, ਜਿੱਥੇ ਇੱਥੇ ਡਾਕਟਰਾਂ ਦੀ ਲੋੜ ਹੈ, ਜਿੱਥੇ ਦਵਾਈ ਛਿੜਕਣ ਦੀ ਲੋੜ ਹੈ, ਅਸੀਂ ਸਾਰਾ ਇੰਤਜ਼ਾਮ ਕਰ ਰਹੇ ਹਾਂ। ਅੱਜ ਸਵੇਰੇ ਹੀ ਅਸੀਂ ਘੱਟ ਤੋਂ ਘੱਟ 10-15 ਪਿੰਡਾਂ 'ਚ ਪੰਪ ਪਾਈਪਾਂ ਭੇਜੀਆਂ, ਕੱਲ੍ਹ ਅਸੀਂ ਲਿਸਟਾਂ ਬਣਾਈ ਜਾਂਦੇ ਹਾਂ ਜਿੰਨੇ ਜਿੱਥੇ। ਅੱਜ ਮੈਂ ਬੱਲੂਆਂ ਹਲਕੇ ਸੀ, ਅਬੋਹਰ ਹਲਕੇ ਸੀ, ਇੱਥੇ ਬਾਗ ਬਿਲਕੁਲ ਤਬਾਹ ਹੋ ਗਏ, ਸ਼ਹਿਰ ਵਿੱਚ ਵੀ ਇੱਥੇ ਬਰਬਾਦੀ ਆਈ ਪਈ। ਅੰਮ੍ਰਿਤ ਯੋਜਨਾ ਰਾਹੀਂ ਆ ਬਣਾਇਆ ਗਿਆ ਸੀ, ਅੱਜ ਹਾਲਾਤ ਦੇਖੋ ਕਿੱਡੇ ਹੀ ਕਰਪਸ਼ਨ ਕਾਂਗਰਸ ਦੇ ਟਾਈਮ 'ਚ ਹੋਈ, ਜਾਖੜ ਸਾਹਿਬ ਦੇ ਰਾਜ ਵਿੱਚ ਹੋਈ, ਕਿ ਅੱਜ ਬੁਰਾ ਹਾਲ ਹੈ ਸ਼ਹਿਰ ਦਾ। ਤੋ ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਰਕ ਲੀਡਰਸ਼ਿਪ ਨੂੰ ਬੇਨਤੀ ਕੀਤੀ ਹੈ, ਯੂਥ ਅਕਾਲੀ ਦਲ ਦੇ ਵਰਕਰ ਨੂੰ ਬੇਨਤੀ ਕੀਤੀ ਹੈ, ਆਪਾਂ ਤੁਸੀਂ ਮਦਦ ਕਰੋ, ਜਿੱਥੇ ਇਸੇ ਜੇ ਆਪਣੇ ਟਰੈਕਟਰ ਲਾ ਕੇ ਸਪਰੇਅ ਕਰਾਓ, ਦਵਾਈਆਂ ਅਸੀਂ ਭੇਜ ਰਹੇ ਹਾਂ, ਅਤੇ ਹੋਰ ਵੀ ਸਾਡੇ ਤਰਫੋਂ ਜੋ ਅਸੀਂ ਕਰ ਸਕਾਂਗੇ ਅਸੀਂ ਕਰਾਂਗੇ। ਪਰ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਿ ਤੁਸੀਂ ਜੇ ਕੁਛ ਨਹੀਂ ਕਰ ਸਕਦੇ ਘੱਟ ਤੋਂ ਘੱਟ ਮੁਆਵਜ਼ਾ ਤਾਂ ਭੇਜ ਦਿਓ। ਜਿਹੜੇ ਘੱਟ ਤੋਂ ਘੱਟ 20-25,000 ਰੁਪਏ ਏਕੜ ਜਿਹੜਾ ਲੋਕਾਂ ਨੇ ਆਪਣਾ ਸਾਰਾ ਕੁਛ ਲਾ ਕੇ, ਇੱਕ ਪਿੰਡ ਗਿਆ ਉਹ 60 ਏਕੜ ਇੱਕ ਗਰੀਬ ਨੇ ਠੇਕੇ 'ਤੇ ਜ਼ਮੀਨ ਲਿੱਤੀ, ਦੋ ਵਾਰ ਉਹਨੇ ਨਰਮਾ ਬੀਜਿਆ, ਦੋ ਵਾਰ ਖਰਾਬ ਹੋ ਗਿਆ, ਹੁਣ ਉਹ ਝੋਨਾ ਹੁਣ ਫਸਲ ਲਾ ਨਹੀਂ ਸਕਦਾ। ਹੁਣ ਜਿਹਨੇ 60,000 'ਤੇ ਠੇਕਾ ਲਿੱਤੀ ਆ ਉਹ ਤਾਂ ਬਰਬਾਦ ਹੋ ਗਿਆ, ਉਹਨਾਂ ਨੂੰ ਮੁਆਵਜ਼ਾ ਚਾਹੀਦਾ, ਉਹਨਾਂ ਨੂੰ ਹੋਰ ਸਹੂਲਤਾਂ ਚਾਹੀਦੀਆਂ। ਪਿੰਡਾਂ ਵਿੱਚ ਪਾਣੀ ਘਰਾਂ ਦੇ ਵਿੱਚ ਵੜ ਗਿਆ, ਘਰ ਫਟ ਗਏ ਆ। ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਮੀਡੀਏਟਲੀ ਸਪੈਸ਼ਲ ਗਿਰਦਾਵਰੀ ਕਰਨ, ਸਪੈਸ਼ਲ ਐਲੋਕੇਸ਼ਨ ਆਫ ਫੰਡਸ ਦਿੱਤੇ ਜਾਣ, ਆ ਜਿੰਨਾ ਬਾਰਡਰ ਦਾ ਏਰੀਆ ਜਿੱਥੇ ਜਿੱਥੇ ਆ ਹੋਇਆ, ਜਾਇਜ਼ਾ ਲੈ ਕੇ ਇਮੀਡੀਏਟਲੀ ਲੋਕਾਂ ਨੂੰ ਰਿਲੀਫ ਦਿੱਤੀ ਜਾਏ। ਮੈਂ ਤੁਹਾਨੂੰ ਇੱਕ ਕਲੀਅਰ ਕਰਨਾ ਚਾਹੁੰਦਾ, ਪੂਰੇ ਦੇਸ਼ 'ਤੇ ਇੱਕ ਲੈਵਲ ਹੈ, ਪਾਣੀ ਇੱਕ ਲੈਵਲ ਤੋਂ ਦੂਜੇ ਲੈਵਲ ਤੱਕ ਜਾਂਦਾ, ਸੇਮ ਨਾਲੇ ਨੇ ਤਾਂ ਬਚਾਇਆ ਹੈ, ਉਹ ਸੇਮ ਨਾਲੇ ਤੋਂ ਇੱਥੋਂ ਲੈਵਲ ਪਾਣੀ ਨਿਕਲ ਕੇ ਅੱਗੇ ਪਾਕਿਸਤਾਨ ਅੱਗੇ ਦਰਿਆ ਜਾਂਦਾ। ਜੇ ਇਹ ਨਾ ਹੋਣ ਸੇਮ ਨਾਲੇ, ਤਾਂ ਆਪਣਾ ਇਸ ਇਲਾਕੇ 'ਚ ਇੱਕ ਵੀ ਫਸਲ ਨਹੀਂ ਹੋਣੀ, ਆਹ ਸਾਰਾ ਏਰੀਆ ਤਬਾਹ ਹੋਣਾ 'ਚ, ਕਿਉਂਕਿ ਆਹ ਜਿਹੜਾ ਫਲੋ ਹੈ ਪਾਣੀ ਦਾ, ਪਾਣੀ ਦੇ ਫਲੋ ਨੂੰ ਕੋਈ ਰੋਕ ਨਹੀਂ ਸਕਦਾ। ਪਰ ਮੈਂ ਦੁੱਖ ਇਸ ਗੱਲ ਦਾ ਹੈ, ਸੇਮ ਨਾਲੇ ਜਿਹੜੇ ਅਸੀਂ ਬਣਾਏ, ਸਰਕਾਰਾਂ ਦਾ ਕੰਮ ਸੀ ਹਰ ਸਾਲ ਸਾਫ਼ ਕਰਨਾ, ਅੱਜ ਉਹ ਸੇਮ ਨਾਲੇ ਰਹੇ ਹੀ ਨਹੀਂ, ਸੇਮ ਨਾਲੇ ਉਹ ਜੰਗਲ ਬਣੇ ਪਏ ਹੈ, ਉਸ ਕਰਕੇ ਨੁਕਸਾਨ ਹੋ ਰਿਹਾ, ਕਿਉਂਕਿ ਉੱਥੇ ਪਾਣੀ ਉਹ ਖਿੱਚ ਨਹੀਂ ਰਿਹਾ ਜਿੰਨਾ ਪਾਣੀ ਖਿੱਚਣਾ ਚਾਹੀਦਾ ਹੈ, 20% ਕਪੈਸਿਟੀ 'ਤੇ ਸੇਮ ਨਾਲੇ ਚੱਲ ਰਹੇ। ਅਕਾਲੀ ਦਲ 'ਚ ਕੋਈ ਫੁੱਟ ਨਹੀਂ, ਅਕਾਲੀ ਦਲ 'ਚ ਕੋਈ ਫੁੱਟ ਨਹੀਂ, ਸਮੁੱਚਾ ਅਕਾਲੀ ਦਲ ਇੱਕ ਝੰਡੇ ਥੱਲੇ ਇਕੱਠਾ, ਜਿਹੜੇ ਬਾਗੀ ਜਿਹੜੇ ਮੈਂ ਕਹਿੰਦਾ ਜਿਹੜੇ ਅਕਾਲੀ ਦਲ 'ਚ ਨਹੀਂ, ਉਹ ਜਾਣ ਕੇ ਆਹ ਪ੍ਰੋਪਾਗੈਂਡਾ ਕਰਦੇ ਹੈ। ਜਿਹੜਾ ਅਕਾਲੀ ਦਲ ਵਿੱਚ ਸਾਡਾ ਡਿਸਪਲਿਨਰੀ ਕਮੇਟੀ ਬਣ ਰਹੀ ਹੈ, ਜਿਸ ਨੇ ਡਿਸਪਲਿਨ ਭੰਗ ਕੀਤਾ ਉਹ ਅਕਾਲੀ ਦਲ 'ਚ ਨਹੀਂ ਰਹੂਗਾ। ਲਾਅ ਐਂਡ ਆਰਡਰ ਸਿਚੁਏਸ਼ਨ
ਇਹ ਤੋਂ ਮਾੜੀ ਹੋ ਨਹੀਂ ਸਕਦੀ ਕਿਸੇ ਸਟੇਟ 'ਚ। ਅੱਜ ਮੈਂ ਕਈ ਸ਼ਹਿਰ ਦੇ ਲੋਕਾਂ ਨੂੰ ਗੱਲ ਕੀਤੀ, ਮੈਨੂੰ ਲੱਗਦਾ ਜਿਹਦੇ ਨਾਲ ਗੱਲ ਕੀਤੀ ਗੈਂਗਸਟਰਾਂ ਨੇ ਉਹਨਾਂ ਤੋਂ ਪੈਸੇ ਲਿੱਤੇ ਹੈ। ਅੱਜ ਪੁਲਿਸ ਕੋਲ ਮੈਂ ਕਿਹਾ ਪੁਲਿਸ ਕਿਉਂ ਨਹੀਂ ਦੱਸਦੇ, ਕਹਿੰਦਾ ਪੁਲਿਸ ਕਰਦੀ ਨਹੀਂ ਕੁਛ। ਪੁਲਿਸ ਡਿਪਾਰਟਮੈਂਟ ਫੇਲ ਹੋ ਗਿਆ ਕਿਉਂਕਿ 10-10 ਤਾਂ DGP ਬਦਲ ਜਾਂਦੇ ਆ, ਹਰ ਦੂਜੇ ਮਹੀਨੇ ਨਵਾਂ DGP ਲੱਗਦਾ, ਹਰ ਦੂਜੇ ਮਹੀਨੇ ਨਵਾਂ AG ਲੱਗਦਾ, SSP ਦੇਖੋ ਕਿੰਨੇ ਬਦਲ ਗਏ। ਅੱਜ ਪਤਾ ਹੀ ਨਹੀਂ ਅੱਜ ਕਿਹਨੇ ਕਿੱਥੇ ਰਹਿਣਾ, ਕੋਈ ਜ਼ਿੰਮੇਵਾਰੀ ਹੈ ਨਹੀਂ। ਜੇ ਸਭ ਤੋਂ ਵੱਡਾ ਕਾਰਨ ਹੈ ਜਿੰਨੇ ਕ੍ਰਿਮੀਨਲ ਸੀ, ਤੁਸੀਂ ਰਿਕਾਰਡ ਦੇਖ ਲਓ, ਸਾਰੇ ਆਮ ਆਦਮੀ ਪਾਰਟੀ ਦੇ MLA ਹੈ, ਇਹਨਾਂ ਦਾ ਰਿਕਾਰਡ ਟੈਕ ਰਿਕਾਰਡ ਦੇਖੋ, ਸਾਰੇ ਕ੍ਰਿਮੀਨਲ ਬੈਕਗਰਾਊਂਡ ਹੈ। ਕ੍ਰਿਮੀਨਲ ਬੈਕਗਰਾਊਂਡ ਨੂੰ ਤੁਸੀਂ ਸਰਕਾਰ ਦੇਤੀ, MLA ਨੂੰ ਦੇਤੀ ਸਰਕਾਰ, ਹੋਊਗਾ ਕਿ ਲੁੱਟ ਕੋਈ ਹੋਣੀ ਹੈ। ਆਹ ਜਿਹੜੇ ਡਰੱਗਸ ਵੱਧ ਗਏ ਆ, ਮਹੀਨਾ ਲੈਣ ਲੱਗ ਗਏ ਆ ਕਾਂਗਰਸ ਆਮ ਆਦਮੀ ਪਾਰਟੀ ਦੇ MLA, ਗੈਂਗਸਟਰ ਜਿਹੜੇ ਗੈਂਗਸਟਰ ਇਹਨਾਂ ਨੂੰ ਮਹੀਨਾ ਦੇ ਆ ਗਏ ਆ, ਜਿੰਨਾ ਇਲਿਸਿਟ ਕੰਮ ਹੋ ਰਿਹਾ ਸਾਰੇ ਇਹਨੇ MLA ਕਰਾ ਰਹੇ, ਕਿਉਂਕਿ ਬੈਕਗਰਾਊਂਡ ਇਹਨਾਂ ਦਾ ਕ੍ਰਿਮੀਨਲ ਹੈ, ਕੋਈ ਰਿਸਪੋਂਸੀਬਿਲਟੀ ਨਹੀਂ ਇਹਨਾਂ ਦੀ। ਭਗਵੰਤ ਮਾਨ ਨੂੰ ਤਾਂ ਪਤਾ ਹੀ ਨਹੀਂ, ਰਾਘਵ ਚੱਡਾ ਚਲਾ ਰਿਹਾ, ਪੈਸੇ ਇਕੱਠੇ ਇੱਥੇ ਲੱਗੇ ਆ, ਕੇਜਰੀਵਾਲ ਤੋਂ ਹੁਕਮ ਆਉਂਦਾ ਕੀ ਕਰਨਾ, ਕੀ ਆਪਾਂ ਮੁੱਖ ਮੰਤਰੀ ਕੇਜਰੀਵਾਲ ਨੂੰ ਬਣਾਇਆ? ਪੰਜਾਬ ਦੇ ਜਨਤਾ ਨੂੰ ਉਹਨਾਂ ਨੇ ਅੱਖਾਂ 'ਚ ਧੂਲ ਪਾ ਕੇ ਲੋਕਾਂ ਨੂੰ ਠੱਗ ਲਿਆ, ਸਹੀ ਬਣੇ ਤੇ ਅੱਜ ਜੋ ਹਾਲਾਤ ਬਣ ਗਏ ਹੈ। ਤੁਸੀਂ ਹੈਰਾਨ ਰਹਿ ਜਾਓਗੇ, ਜਦੋਂ ਜੱਜ ਸਾਹਿਬ ਨੇ ਪੁੱਛਿਆ ਕਿ ਇਹ ਕਮੇਟੀ ਬਣਾਈ ਹੈ, ਉਹ ਕਹਿੰਦੇ ਸਾਨੂੰ ਹਲੇ ਪਤਾ ਹੀ ਨਹੀਂ ਕਮੇਟੀ ਬਣੀ ਹੈ ਕਿ ਨਹੀਂ ਬਣੀ, ਚੇਅਰਮੈਨ ਕਹਿੰਦਾ ਜੇ ਕਮੇਟੀ ਬਣੀ ਤਾਂ ਹੈ ਨਹੀਂ, ਤੇ ਫਿਰ ਤੁਸੀਂ ਚੇਅਰਮੈਨ ਕਿਵੇਂ ਬਣਾਤਾ? ਆਹ ਤਾਂ ਹਾਲਾਤ ਹੈ। ਪਹਿਲੀ ਗੱਲ ਹੈ ਕਿ ਆਪਾਂ ਨੂੰ ਰਾਘਵ ਚੱਡਾ ਐਡਵਾਈਸ ਕਰੂਗਾ? 31 ਸਾਲ ਦਾ ਮੁੰਡਾ ਹੈ, ਉਹਦਾ ਕੀ ਐਕਸਪੀਰੀਅੰਸ ਹੈ ਦਿੱਲੀ 'ਚ? ਉੱਥੇ ਲੁੱਟਿਆ ਉਹਨੇ, ਕਰਪਸ਼ਨ ਦੇ ਚਾਹ ਇੱਥੇ ਹੈ, ਉਹ ਜੇ ਬੰਦੇ ਨੂੰ ਰੱਖਿਆ ਕਲੈਕਸ਼ਨ, ਮਨੀ ਕਲੈਕਸ਼ਨ ਸੈਂਟਰ। ਆਮ ਆਦਮੀ ਪਾਰਟੀ ਦਾ ਨਿਸ਼ਾਨਾ ਹੈ ਕਿ ਪੰਜਾਬ ਤੋਂ ਪੈਸਾ ਇਕੱਠਾ ਕਰਕੇ ਹਿਮਾਚਲ, ਰਾਜਸਥਾਨ, ਗੁਜਰਾਤ ਸਾਰੇ ਇਲੈਕਸ਼ਨ ਲੜਨੇ ਆ। ਪੰਜਾਬ ਨੂੰ ਜਿਵੇਂ ਈਸਟ ਇੰਡੀਆ ਕੰਪਨੀ ਆਈ ਸੀ ਦੇਸ਼ ਨੂੰ ਲੁੱਟ ਕੇ, ਜਿਵੇਂ ਮੁਗਲ ਆਏ ਸੀ ਆਪਣੇ ਦੇਸ਼ ਨੂੰ ਲੁੱਟ ਕੇ ਪੈਸਾ ਇਕੱਠਾ, ਉਵੇਂ ਆਮ ਆਦਮੀ ਪਾਰਟੀ ਨੇ, ਕੇਜਰੀਵਾਲ ਨੇ ਰਾਘਵ ਚੱਡੇ ਨੂੰ ਬਿਠਾਇਆ। ਸਾਰੇ ਅਫਸਰ, ਮੀਟਿੰਗ, ਇੰਡਸਟਰੀਅਲਿਸਟ ਰਾਘਵ ਚੱਡਾ ਦੇ ਘਰ ਆਉਂਦੇ ਆ, 50 ਨੰਬਰ ਘਰ ਹੈ। ਅਤੇ ਮੈਂ ਕਹਿੰਦਾ 50 ਨੰਬਰ ਘਰ 'ਚ ਤੁਸੀਂ ਡੇਲੀ ਰਿਕਾਰਡ ਆਪਾਂ ਕੈਮਰੇ ਲਾ ਲਓ, ਤੁਹਾਨੂੰ ਪਤਾ ਲੱਗ ਜੂ ਕਿਹੜੇ ਕਿਹੜੇ ਅਫਸਰ। ਅਨਕੋਨਸਟੀਟਿਊਸ਼ਨਲ ਹੈ ਜਿਹੜਾ ਕੰਮ ਹੋ ਰਿਹਾ, ਅਨਕੋਨਸਟੀਟਿਊਸ਼ਨ, ਦੇਸ਼ ਦੇ ਕਾਨੂੰਨ ਦੇ ਖਿਲਾਫ਼ ਹੋ ਰਿਹਾ ਹੈ। ਕਿਉਂਕਿ ਜੇ ਮੁੱਖ ਮੰਤਰੀ ਅਤੇ ਮੰਤਰੀ ਸਹੁੰ ਚੁੱਕਦੇ ਹੈ, ਉਹ ਇੱਕ ਓਥ ਲੈਂਦੇ ਹੈ, ਇੱਥੇ ਬਗੈਰ ਓਥ ਅਤੇ ਬਗੈਰ ਰਿਸਪੋਂਸੀਬਿਲਟੀ ਦੇ ਇੱਕ ਬੰਦੇ ਨੂੰ ਮੁੱਖ ਮੰਤਰੀ ਬਣਾਇਆ। ਮੈਨੂੰ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ 'ਤੇ ਹੈਰਾਨੀ ਹੈ। ਇੱਕ ਕੌਂਸਟੇਬਲ ਨੂੰ ਤਾਂ ਮਿਨਿਸਟਰ ਬਣਾਉਂਦੇ, ਇੱਕ IG ਨੂੰ ਛੱਡ ਦਿੰਦੇ ਆ। ਇੱਥੇ 12 ਡਾਕਟਰ ਹੈ, ਇਹਨੇ MLA ਜਿੱਤੇ ਹੈ, ਇੱਕ ਨੂੰ ਸਿਹਤ ਮੰਤਰੀ ਬਣਾਉਂਦੇ? ਹੁਣ 10ਵੀਂ ਪਾਸ ਵਾਲੇ ਨੂੰ ਤੁਸੀਂ ਸਿਹਤ ਮੰਤਰੀ ਬਣਾਤਾ, ਜੇ ਡਾਕਟਰ ਆ ਉਹਨਾਂ ਨੂੰ ਘਰੇ ਬਿਠਾਤਾ, ਅਤੇ ਫਿਰ ਸੋਚ, ਇਹ ਸੋਚ ਤੋਂ ਹੀ ਪਤਾ ਲੱਗ ਜਾਂਦਾ। AG ਨੇ ਹਾਈ ਕੋਰਟ 'ਚ ਲਿਖਿਆ ਕਿ ਬੰਦੀ ਸਿੱਖਾਂ ਦੀ ਰਿਹਾਈ ਕੇਜਰੀਵਾਲ ਨਹੀਂ ਕਰ ਰਿਹਾ। ਉਹਨੇ ਉੱਥੇ ਲਿਖਿਆ ਕਿ ਪੰਜਾਬ ਸਰਕਾਰ, ਅਸੀਂ ਤਾਂ ਚਾਹੁੰਦੇ ਹਾਂ ਪਰ ਕੇਜਰੀਵਾਲ ਨਹੀਂ ਕਰ ਰਿਹਾ, ਅਤੇ ਨਾਲ ਦਿਨ ਹਟਾਤਾ। ਸਰ, BJP ਦੀ ਅਕਾਲੀ ਦਲ ਨਾਲ ਗੱਠਜੋੜ ਦੀ ਕੀ ਸੰਭਾਵਨਾ? ਅਸੀਂ ਅਕਾਲੀ ਦਲ, ਅਸੀਂ ਆਪ ਤਕੜੇ ਹਾਂ, ਹਲੇ ਕੋਈ ਸਾਡੇ ਨਾਲ ਕੋਈ ਹਲੇ ਕੋਈ ਗੱਲ ਨਹੀਂ ਹੈ। ਅਸੀਂ ਸੋਫਟ ਕਰ, ਅਸੀਂ ਜੋ ਸਹੀ ਹੈ ਸਹੀ ਕਰਦੇ ਹਾਂ, ਜੋ ਗਲਤ ਹੈ ਗਲਤ ਹੈ। ਅਸੀਂ ਜੋ ਇਸ਼ੂਜ਼ ਹੈ, ਸਾਡੇ ਇਸ਼ੂਜ਼ ਹੈ, ਅਸੀਂ ਆਪਣੇ ਇਸ਼ੂ ਬੇਸ ਜਦੋਂ ਅਸੀਂ ਦੇਖਿਆ, ਪਰ ਰਾਸ਼ਟਰਪਤੀ ਚੋਣ 'ਚ ਅਸੀਂ ਫੈਸਲਾ ਕੀਤਾ ਕਿਉਂਕਿ ਮੈਰਿਟ 'ਤੇ ਕੀਤਾ, ਕਿਉਂਕਿ ਇੱਕ ਲੇਡੀ ਸੀ ਰਾਸ਼ਟਰਪਤੀ, ਇੱਕ ਆਦਿਵਾਸੀ ਸੀ, ਅਸੀਂ ਫੈਸਲਾ ਕੀਤਾ। ਤੋ ਅਗਰ ਕੋਈ ਸੈਂਟਰ ਵਿੱਚ ਕੋਈ ਗਲਤ ਕੰਮ ਕਰਨਗੇ, ਅਸੀਂ ਉਹਦਾ ਪੂਰਾ ਖਿਲਾਫ਼ ਚੱਲਾਂਗੇ। ਜੇ ਕੋਈ ਸਹੀ ਕਰਨਗੇ, ਕੋਈ ਵੀ ਸਹੀ ਕਰੇ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਪਾਣੀ ਦੇ ਮਾਰੇ ਜਿਹੜੇ ਪਿੰਡ ਆਏ ਆ, ਜਿਵੇਂ ਰਾਮਗੜ੍ਹ, ਬਕਾਊ ਕਰਤਾ ਜੀ, ਗੱਦੜੋਦ ਦੇ ਵਿੱਚ ਨਿਰੰਜਨ ਸਿੰਘ ਜਿਹੜਾ ਕਿ ਸੁਸਾਈਡ ਕਰ ਜਾਂਦਾ ਹੈ, ਲੇਕਿਨ ਪੰਜਾਬ ਤੁਸੀਂ ਦੇਖੋ, ਮੈਂ ਉਹੀ ਕਹਿਣਾ ਚਾਹੁੰਦਾ, ਇੱਕ ਇੱਕ
पंच बंदे ने सुसाइड की, सुसाइड के उत्ते अपना वीडियो बयान दिता, ना लेके दिते। तो देखो आम आदमी पार्टी की सरकार एक्शन नहीं ले रही। ताइयो मैं कहा ना क्रिमिनल बन गए है एम एल ए ना दे, आ क्रिमिनल बैकग्राउंड वाले गलत काम ही करवाएंगे। थैंक यू। मैं इन्ना कह सकता हजारां एकड़ जमीन बर्बाद हो गई, बहुत वड्डा नुकसान इस इलाके च होया। मैं बेनती करदा जे सरकार ने मदद ना कीती, तुसी देखो बहुत वड्डा नुकसान हो जूगा। एंड आई इलाका है जिन्हें बड़े वड्डे पद्धर ते आम आदमी पार्टी ने जिताया सी।